ਬੱਸ ਦਾ ਉਹਿਆ ਘਰ ਉੱਜੜ ਗਿਆ ਇਹ ਸਟੰਟ ਬਾਜੀ ਦੀ ਨਾਲ ਰਾਜਦਵਾਰ ਦੇ ਵਿੱਚ ਨਾ ਇੱਕ ਮੌਤ ਦੀ ਖੇਡ ਹੁੰਦੀ ਹੁੰਦੀ ਸੀ ਕਿ ਅੱਜ ਕੱਲ ਸਾਰੇ ਭਰਾਵਾਂ ਨੂੰ ਤੈਨਾ ਜੀ ਕੱਲ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਜਾਂਦੀ ਆ ਉਹਦੇ ਵਿੱਚ ਕੀ ਟਰੈਕਟਰ ਦੇ ਨਾਲ ਨਾ ਇੱਕ ਪ੍ਰਾ ਸਟੰਟ ਕਰੀ ਜਾਂਦਾ ਜਿਵੇਂ ਆਮ ਹੀ ਸਟੰਟ ਹੁੰਦੇ ਆ ਅੱਜ ਕੱਲ ਟਰੈਕਟਰਾਂ ਦੇ ਨਾਲ ਤੇ ਉਹਦੇ ਨਾਲ ਪਿੱਛੇ ਜ਼ਿੰਮੇਵਾਰ ਕੌਣ ਆਪਾਂ ਉਸ ਮੁੱਦੇ ਤੇ ਅੱਜ ਗੱਲ ਕਰਦੇ ਆ ਇਸ ਵੀਡੀਓ ਦੇ ਵਿੱਚ ਵੀਡੀਓ ਤੇ ਬਣੇ ਰਿਓ ਜੀ ਟਰੈਕਟਰ ਨਾ ਮਾਊ ਪੁੱਤ ਹੈ ਤੇ ਟਰੈਕਟਰ ਦੇ ਸਟੰਟ ਦੇ ਨਾਲ ਇਹ ਹਾਲ ਸੌਜੇ ਜਿੰਮੇਵਾਰ ਇਹਦਾ ਕਹੇ ਕੌਣ ਹੈ ਜੀ ਸਮਾਜ ਹੈ ਜਾਂ ਬਿਨਾ ਸੁਰੱਖਿਅਤ ਢੰਗ ਦੇ ਨਾਲ ਇਹ ਸਟੰਟ ਬਾਜੀ ਕਰਾਉਣਾ ਕਮੇਟੀ ਹੈ ਜੋ ਕਰਵਾਉਂਦੀਆਂ ਉਹ ਜ਼ਿੰਮੇਵਾਰ ਹੈ ਜਾਂ ਅਸੀਂ ਖੁਦ ਜ਼ਿੰਮੇਵਾਰ ਹੈ ਵੀ ਅਸੀਂ ਇਹ ਜੇ ਖਤਰਨਾਕ ਸਟੰਟ ਕਰਦੇ ਆ ਵੀ ਜਿਹਦੇ ਵਿੱਚ ਪਤਾ ਹੈ ਵੀ ਬਹੁਤ ਜ਼ਿਆਦਾ ਰਿਸਕ ਹੈ ਸਦੀਆਂ ਪਹਿਲਾਂ ਜੀ ਰਾਜਦਵਾਰ ਦੇ ਵਿੱਚ ਨਾ ਇੱਕ ਮੌਤ ਦੀ ਖੇਡ ਹੁੰਦੀ ਹੁੰਦੀ ਸੀ ਮੌਦੀ ਖੇਡ ਇੱਕ ਰਾਜਾ ਕਰਵਾਉਂਦਾ ਹੁੰਦਾ ਸੀਗਾ ਆਪਦੇ ਮਨੋਰੰਜਨ ਦੇ ਲਈ ਉੱਥੇ ਕੀ ਹੁੰਦਾ ਸੀ ਨਾ ਜੀ ਇੱਕ ਸ਼ੇਰ ਦੇ ਮੂਹਰੇ ਇੱਕ ਆਮ ਇਨਸਾਨ ਨੂੰ ਛੱਡ ਦਿੰਦੇ ਸੀਗੇ ਸ਼ੇਰ ਨੂੰ ਖੁੱਲਾ ਛੱਡ ਦਿੰਦੇ ਸੀ ਅਤੇ ਆ ਰਾਜਦਵਾਰ ਦੇ ਵਿੱਚ ਸਾਰੀ ਪ੍ਰਜਾ ਤੇ ਰਾਜਾ ਨਾ ਮਨੋਰੰਜਨ ਕਰਦਾ ਹੁੰਦਾ ਸੀ ਉਹ ਖੇਡਦਾ ਉਹ ਸਾਰਾ ਢੰਗ ਜੀ ਅੱਜ ਕੱਲ ਆ ਦਰਸ਼ਕ ਤੇ ਕਮੇਟੀਆਂ ਕਰਵਾਈ ਜਾਂਦੀਆਂ ਆਪਾਂ ਜਿਹੜੀ ਕੱਲ ਦੀ ਇੱਕ ਘਟਨਾ ਹੋਈ ਹੈ ਟਰੈਕਟਰ ਨਾਲ ਹਾਦਸੇ ਨਾਲ ਇਹ ਇਹ ਵੀਡੀਓ ਦੇ ਵਿੱਚ ਤੁਸੀਂ ਵੇਖੀ ਜਾਂਦੇ ਹੋ ਇਹ ਹਾਦਸਾ ਹੋਇਆ ਆਪਾਂ ਇਹਦੇ ਤੇ ਬਹੁਤ ਵੱਡਾ ਬਈ ਅਫਸੋਸ ਕਰਦੇ ਆ ਇੱਕ ਵਸਦਾ ਹੋਇਆ ਘਰ ਉਜੜ ਗਿਆ ਇਹ ਸਟੰਟ ਬਾਜੀ ਦੇ ਨਾਲ ਬਹੁਤ ਮਾੜਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਖਬਰਾਂ ਦਾ ਮਾਧਿਅਮ ਹੋ ਗਿਆ ਪਰ ਇੱਕ ਪਰਿਵਾਰ ਦਾ ਨਾ ਹੱਸਦਾ ਵਸਦਾ ਘਰ ਉਜੜ ਗਿਆ ਭਾਬੋ ਆਪਾਂ ਜਵਾਨੀ ਨੂੰ ਰੋਕ ਤਾਂ ਨਹੀਂ ਸਕਦੇ ਜਵਾਨੀ ਜੋਰ ਮਾਰੂਗੀ ਸਾਡਾ ਵੀ ਕੋਈ ਤਾਂ ਫਰਜ਼ ਬਣਦਾ ਆ ਆਪਦੇ ਪ੍ਰਤੀ ਪਰਿਵਾਰ ਦੇ ਪ੍ਰਤੀ ਆਪ ਦੀ ਜਿਹੜੀ ਜਾਣ ਹੈ ਇੱਕ ਲੋਕਾਂ ਦਾ ਮਨੋਰੰਜਨ ਕਰਕੇ ਐਵੇਂ ਭੰਗ ਦੇ ਭਾਣੇ ਨਾ ਕਰਾਈਏ ਜਾਣ ਦੀ ਜੋਖਮ ਵਾਲੀਆਂ ਖੇਡਾਂ ਕਰਾਉਣ ਵਾਲੀਆਂ ਜਿਹੜੀਆਂ ਕਮੇਟੀਆਂ ਹਨ ਉਹਨਾਂ ਨੂੰ ਆਪਣੇ ਆਪਾਂ ਸਾਰੇ ਸਮਾਜ ਨੇ ਤੇ ਕਮੇਟੀਆਂ ਵਾਲੇ ਭਰਾਵਾਂ ਨੂੰ ਇਹ ਤੇ ਰੋਕ ਕਰਨੀ ਚਾਹੀਦੀ ਹੈ ਇਹੋ ਜਿਹੇ ਸਟੰਟ ਨਹੀਂ ਕਰਵਾਉਣੇ ਚਾਹੀਦੇ ਪਹਿਲਾਂ ਹੀ ਖਾਲੀ ਕਰਤਾ ਆਈਲੈਟਸ ਨੇ ਬਾਹਰ ਲੀਆਂ ਕੰਟਰੀਆਂ ਨੇ ਨਸ਼ਿਆਂ ਨੇ ਸਮਾਜ ਆਪਣਾ ਪਹਿਲਾਂ ਹੀ ਖਾਲੀ ਹੋਇਆ ਪਿਆ। ਹੁਣ ਆਪਾਂ ਇਹੋ ਜੇ ਸਟੰਟ ਕਰਵਾ ਕੇ ਆਪਦੀ ਜਾਨ ਨੂੰ ਨਾ ਗਵਾਈਏ ਤੇ ਖਾਲੀ ਨਾ ਕਰਗੇ ਪੰਜਾਬ ਨੂੰ। ਹੁਣ ਆਪਦੀਆਂ ਗਲਤੀਆਂ ਕਰਕੇ ਆਪਦੇ ਮਨੋਰੰਜਨ ਦੇ ਲਈ ਤੇ ਲੋਕਾਂ ਦੇ ਮਨੋਰੰਜਨ ਲਈ ਐਵੇਂ ਕਿਸੇ ਦਾ ਬਈ ਸ਼ੇਰ ਪੁੱਤ ਨਾ ਮਰਵਾਈਏ। ਇਹ ਵੀਡੀਓ ਦੇ ਵਿੱਚ ਜੋ ਆਪਾਂ ਗੱਲਾਂ ਕੀਤੀਆਂ ਤੁਹਾਨੂੰ ਵਧੀਆ ਲੱਗੀਆਂ ਤਾਂ ਇਹਨੂੰ ਸ਼ੇਅਰ ਕਰ ਦਿਓ ਹਰੇਕ ਭਰਾ ਕੋਲ। ਹਰ ਇੱਕ ਇਨਸਾਨ ਕੋਲੇ ਜਾਣੀ ਚਾਹੀਦੀ ਹੈ ਤਾਂ ਕਿ ਉਹ ਇਹੋ ਜੀਆਂ ਖੇਡਾਂ ਤੋਂ ਪਰਹੇਜ਼ ਕਰੇ। ਤੇ ਨੱਥ ਪਾਵੇ ਹੋਰ ਵੀ ਜਗ੍ਹਾ ਨਾ ਹੋਣ ਇਹ ਖੇਡਾਂ ਸਾਡਾ ਕਹਿਣਾ ਇਹ ਹੈ ਜੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ